ਸਤਿ ਸ਼੍ਰੀ ਅਕਾਲ ਜੀ, ਪੰਜਾਬ ਬੋਲਦਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਅਮਨਦੀਪ ਸਿੰਘ ਸਵਾਗਤ ਕਰਦਾ। ਦੋਸਤੋ, ਅੱਜ 73ਵਾਂ ਆਜ਼ਾਦੀ ਦਿਹਾੜਾ ਅਸੀਂ ਮਨਾ ਚੁੱਕੇ ਹਾਂ ਅਤੇ ਇਸ ਆਜ਼ਾਦੀ ਦਿਹਾੜੇ ਤੋਂ ਬਾਅਦ ਪੰਜਾਬ ਦੇ ਪਿੰਡਾਂ ਦੀ ਕੀ ਤਸਵੀਰ ਹੈ ਉਹ ਤੁਹਾਨੂੰ ਦਿਖਾਉਣ ਪੁੱਜੇ ਹਾਂ। ਚੰਡੀਗੜ੍ਹ ਦਾ ਪਹਿਲਾ ਪਿੰਡ ਮੰਨਿਆ ਜਾਂਦਾ ਹੈ ਮੁੱਲਾਂਪੁਰ ਗਰੀਬਦਾਸ, ਅਤੇ ਆਪਣੇ ਨਾਮ ਮੁਤਾਬਿਕ ਇਸ ਪਿੰਡ ਦੇ ਹਾਲਾਤ ਕੀ ਨੇ। ਗਰੀਬਦਾਸ ਇਸ ਪਿੰਡ ਦੇ ਨਾਂ ਦੇ ਪਿੱਛੇ ਵੱਜਦਾ, ਅਤੇ ਇਸ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਥੇ ਇੱਕ ਟੋਭਾ ਕਿਹਾ ਜਾਂਦਾ, ਟੋਭਾ ਮੰਨਿਆ ਜਾਂਦਾ, ਪਰ ਇਸ ਟੋਭੇ ਨੇ ਇਸ ਪਿੰਡ ਦੀ ਜਿਹੜੀ ਹੈ ਉਹ ਹਾਲਾਤ ਵੱਧ ਤੋਂ ਬੱਤਰ ਕੀਤੇ ਹੋਏ ਨੇ। ਇਸ ਟੋਭੇ ਦਾ ਪਾਣੀ ਪਿੰਡ ਦੀਆਂ ਗਲੀਆਂ ਸੜਕਾਂ ਦੇ ਉੱਤੇ ਜਾਂਦਾ ਹੈ, ਜਿਸ ਕਾਰਨ ਪਿੰਡ ਦੇ ਲੋਕ ਰਹਿਣ ਨੂੰ ਮਜਬੂਰ ਨੇ। ਪਿੰਡ ਦੀਆਂ ਸੜਕਾਂ ਦੇ ਬੁਰੇ ਹਾਲ ਨੇ, ਗਲੀਆਂ ਸੜਕਾਂ। ਅੱਜ 73 ਸਾਲ ਬਾਅਦ ਅਸੀਂ ਗੱਲ ਕਰਦੇ ਹਾਂ ਵਿਕਾਸ ਦੀ, ਚੰਦ ਤੱਕ ਪਹੁੰਚਣ ਦੀ ਗੱਲ ਕਰਦੇ ਹਾਂ, ਪਰ ਹਾਲਾਤ ਪਿੰਡ ਦੇ ਅਜਿਹੇ ਨੇ ਕਿ ਸੜਕਾਂ ਟੁੱਟੀਆਂ ਹੋਈਆਂ ਨੇ, ਨਾ ਤਾਂ ਪਿੰਡ ਦੇ ਵਿੱਚ ਸੀਵਰੇਜ ਦਾ ਕੋਈ ਪ੍ਰਬੰਧ ਹੈ ਅਤੇ ਨਾ ਹੀ ਇਸ ਨੂੰ ਲੈ ਕੇ ਸਰਕਾਰਾਂ ਸੰਜੀਦਾ ਨੇ। ਬਹੁਤ ਸਾਰੀਆਂ ਸਮੱਸਿਆਵਾਂ ਨੇ, ਅਤੇ ਹੁਣ 73 ਸਾਲ ਬਾਅਦ ਇਹਨਾਂ ਪਿੰਡਾਂ ਦੇ ਲੋਕ ਆਜ਼ਾਦੀ ਕਿਹਨੂੰ ਕਹਿੰਦੇ ਨੇ, ਇਹਨਾਂ ਪਿੰਡਾਂ ਦੇ ਲਈ ਆਜ਼ਾਦੀ ਦਾ ਸੰਕਲਪ ਕੀ ਹੈ। ਹਾਲਾਂਕਿ ਸਰਕਾਰ ਦਾਅਵਿਆਂ ਦੀ ਗੱਲ ਕਰਦੀ ਹੈ, ਨੌਜਵਾਨਾਂ ਦੇ ਲਈ ਸੁਵਿਧਾਵਾਂ ਦੀ ਵੀ ਗੱਲ ਕਰਦੀ ਹੈ, ਸਿਹਤ ਸਹੂਲਤਾਂ ਦੀ ਗੱਲ ਕਰਦੀ ਹੈ, ਪਰ ਸਿਹਤ ਸਹੂਲਤਾਂ ਜਦੋਂ ਇੰਨੀ ਗੰਦਗੀ ਹੋਵੇ, ਇਸ ਤਰ੍ਹਾਂ ਦੇ ਮਾਹੌਲ ਹੋਣ, ਤਾਂ ਸਿਹਤ ਸਹੂਲਤਾਂ ਦਾ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ। ਪਰ ਵੱਡਾ ਸਵਾਲ ਇਹ ਹੈ ਕਿ 73 ਸਾਲ ਬਾਅਦ ਵੀ ਅਸੀਂ ਇਹਨਾਂ ਛੋਟੀਆਂ ਮੋਟੀਆਂ ਲੋੜਾਂ ਦੇ ਲਈ ਸਰਕਾਰੀ ਦਫ਼ਤਰਾਂ ਦੇ ਵਿੱਚ ਚੱਕਰ ਮਾਰਦੇ ਰਹੀਏ, ਲੋਕ ਮਜਬੂਰ ਹੋਣ ਚੱਕਰ ਮਾਰਨ ਦੇ ਲਈ, ਪਰ ਉਹਨਾਂ ਚੱਕਰਾਂ ਤੋਂ ਬਾਅਦ ਕੀ, ਇਹਨਾਂ ਚੱਕਰਾਂ ਤੋਂ ਬਾਅਦ ਲੋਕਾਂ ਨੂੰ ਕੋਈ ਸੁਵਿਧਾਵਾਂ ਮਿਲੀਆਂ ਨੇ, ਲੋਕਾਂ ਦੇ ਹੱਲ ਹੋਏ ਨੇ, ਲੋਕ ਮੌਜੂਦ ਨੇ। ਗੱਲਬਾਤ ਕਰਦੇ ਹਾਂ ਕਿ ਪਿੰਡ ਦੇ ਹਾਲਾਤ ਕੀ ਨੇ, 73 ਸਾਲ ਆਜ਼ਾਦੀ ਤੋਂ ਬਾਅਦ ਕੀ ਅਸਲ ਮਾਇਨੇ ਦੇ ਵਿੱਚ ਆਜ਼ਾਦੀ ਪੁੱਜੀ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਉਜਾਗਰ ਸਿੰਘ। ਅੱਛਾ ਉਜਾਗਰ ਜੀ, ਜਿਵੇਂ ਹਾਲਾਤ ਪਿੰਡ ਦੇ ਮੈਂ ਦੇਖ ਚੁੱਕੇ ਹਾਂ, ਅਸਲ ਮਾਇਨੇ ਦੇ ਵਿੱਚ ਜੇਕਰ ਆਜ਼ਾਦੀ ਦੀ ਗੱਲ ਕਰੀਏ ਤਾਂ ਆਜ਼ਾਦੀ ਕੀ ਹੈ ਇਹਨਾਂ ਹਾਲਾਤਾਂ ਨੂੰ ਦੇਖਦੇ ਹੋਏ? ਆਜ਼ਾਦੀ ਤਾਂ ਕੁਛ ਵੀ ਨਹੀਂ, ਜ਼ੀਰੋ ਹੈ। ਇੱਥੇ ਕੋਈ ਡਿਵੈਲਪਮੈਂਟ ਨਹੀਂ ਹੋਈ ਮੁੱਲਾਂਪੁਰ 'ਚ, ਸੀਵਰੇਜ ਦੀ ਚੰਡੀਗੜ੍ਹ ਲਾਗ ਹੁੰਦਾ, ਇੱਥੇ ਕੋਈ ਸੀਵਰੇਜ ਨਹੀਂ ਹੈ। ਇੰਨੀ ਸਮੈਲ ਮਾਰਦੀ ਗਲੀਆਂ 'ਚ, ਬਹੁਤ ਜ਼ਿਆਦਾ ਸਮੈਲ ਮਾਰਦੀ ਹੈ। ਲੋਕਾਂ ਨੇ ਘਰਾਂ ਸੀਵਰੇਜ ਬਣਾਏ ਹੋਏ ਆ, ਉਹਦੀ ਸਮੈਲ ਬਹੁਤ ਜ਼ਿਆਦਾ ਮਾਰ ਰਹੀ ਹੈ। ਹੋਰ ਜਦੋਂ ਬਰਸਾਤ ਹੁੰਦੀ ਹੈ, ਪਾਣੀ ਪਾਣੀ ਹੁੰਦਾ ਉਸ ਏਰੀਏ 'ਚ, ਪਾਣੀ ਦੀ ਕੋਈ ਨਿਕਾਸੀ ਹੈ ਨਹੀਂ। ਅੱਛਾ, ਕਈ ਸਰਕਾਰੀ ਦਰਬਾਰੇ ਦੇ ਵਿੱਚ ਗੱਲ ਕੀਤੀ ਹੈਗੀ ਹੈ? ਜਾਂਦੇ ਆ, ਬਹੁਤ ਬੜੇ ਜਾਂਦੇ ਆ, ਕੋਈ ਪਤਾ ਨਹੀਂ ਫੜਾਉਂਦਾ। ਤਾਂ ਕੀ ਕਹਿੰਦੇ ਨੇ? ਉਹ ਕਹਿੰਦੇ ਵੀ ਗਰੰਟੀ ਨਹੀਂ ਸਾਡੇ ਪਾਸ, ਪੈਸੇ ਨਹੀਂ ਸਾਡੇ ਪਾਸ, ਕਿਆ ਕਰੂੰਗੇ ਅਸੀਂ, ਸਾਡੇ ਕੋਲ ਪੈਸੇ ਨਹੀਂ। ਅੱਛਾ, ਪਿੰਡ ਦੇ ਵਿੱਚ ਹੋਰ ਸਿਹਤ ਸਹੂਲਤਾਂ ਦੀ ਜਾਂ ਫਿਰ ਕਿਉਂਕਿ ਮੈਂ ਗਲੀਆਂ ਸੜਕਾਂ ਵੀ ਦੇਖੀਆਂ, ਸਾਰੀਆਂ ਦੇ ਸਾਰੀਆਂ ਟੁੱਟੀਆਂ ਹੋਈਆਂ ਨੇ, ਥਾਂ ਥਾਂ 'ਤੇ ਗੰਦਗੀ ਦੇ ਢੇਰ ਲੱਗੇ ਨੇ, ਇਸ ਬਾਬਤ ਕੀ ਕਹਿਣਾ ਚਾਹੁੰਦੇ? ਕਿਉਂਕਿ ਪਿੰਡ ਦੇ ਵਿੱਚ ਹਾਲਾਤ ਬੇਹੱਦ ਮਾੜੇ ਨੇ, 73 ਸਾਲ ਆਜ਼ਾਦੀ ਤੋਂ ਬਾਅਦ ਵੀ ਹਾਲਾਤ ਇਸ ਤਰ੍ਹਾਂ ਦੇ ਕਿਉਂ ਬਣੇ ਹੋਏ ਨੇ? ਕੋਈ ਅਫਸਰ ਨਹੀਂ ਆਉਂਦਾ ਇੱਥੇ, ਦੇਖਦੇ ਨਹੀਂ ਹੈ ਵੀ ਕਿਆ ਪ੍ਰੋਬਲਮ ਤੁਹਾਨੂੰ, ਕੋਈ ਕਦੀ ਆਏ ਨਹੀਂ, ਨਾ ਡੀ ਸੀ ਕਿਤੇ ਘੁੰਮਦਾ, ਜਦਕਿ ਡੀ ਸੀ ਡਿਊਟੀ ਬਣਦੀ, ਇੱਥੇ ਆਪ ਘੁੰਮੇ ਵੀ ਕਿਆ ਆਪਣੀ ਪ੍ਰੋਬਲਮ ਕੀ ਹੈ, ਨਾ ਕੁਛ ਵੀ ਪਤਾ, ਕੋਈ ਸਰਕਾਰੀ ਪਤਾ ਤਾਂ ਆਉਂਦੇ ਨਹੀਂ ਹੈ ਇੱਥੇ। ਨਾ ਗੱਲਬਾਤ ਕੀਤੀ ਹੈਗੀ ਕਿ ਕਦੀ ਵੀ ਇਸ ਤਰ੍ਹਾਂ ਦੇ ਹਾਲਾਤ? ਸਰ ਜਾਂਦੇ ਤਾਂ ਹੈ, ਮਿਨਿਸਟਰਾਂ ਕੋਲ ਵੀ ਜਾਂਦੇ, ਪੰਚਾਇਤ ਸਰਪੰਚ ਕੋਲ ਵੀ ਜਾਂਦੇ, ਪਰ ਨਗਰ ਬਹੁਤ ਬੜਾ ਪੁਰਾਣਾ ਨਗਰ ਹੈ ਜੀ, ਇਹ ਕਸਬਾ ਬਹੁਤ ਪੁਰਾਣਾ, ਪਰ ਇਹਨੂੰ ਸਾਰੇ ਨੂੰ ਤਾਂ ਸਵਾਰ ਵੀ ਕੋਈ ਨਹੀਂ ਸਕਦਾ, ਇੱਕ ਦੋ ਗਲੀ ਬਣਾ ਦਿੰਦੇ, ਇਹਨਾਂ ਨੂੰ ਗਰਾਂਟ ਮੁੱਕ ਜਾਂਦੀ ਹੈ, ਥੋੜ੍ਹੀਆਂ ਗਰਾਂਟਾਂ ਆਉਂਦੀਆਂ ਨੇ। ਇਹਦੇ ਬਾਰੇ 'ਚ ਪਹਿਲਾਂ ਗਰਾਂਟ ਆਈ ਸੀ, ਕਹਿੰਦੇ ਕਿ 20,000 ਰੁਪਈਆ ਤੈਅ ਕਰੂੰਗੇ ਕਿਸ਼ਤਾਂ ਦੇ ਹਿਸਾਬ ਨਾਲ, ਐਡੇ ਤਲਾਬ ਦਾ ਕੀ ਬਣਦਾ ਇਹਦੇ ਨਾਲ ਜੀ, ਇਸ ਵਾਸਤੇ ਇਹਦਾ ਬਹੁਤ ਮਾੜਾ ਹਾਲ ਹੈ। ਅੱਛਾ, ਵੱਡੀ ਗਿਣਤੀ ਦੇ ਵਿੱਚ ਸਮਾਗਮ ਵੀ ਕਰਵਾਏ ਜਾ ਰਹੇ ਨੇ ਆਜ਼ਾਦੀ ਨੂੰ, ਹਾਲਾਤ ਇਸ ਤਰ੍ਹਾਂ ਦੇ ਨੇ, ਤੁਹਾਡੇ ਮੁਤਾਬਿਕ ਆਜ਼ਾਦੀ ਕਿਹੜੀ ਹੈਗੀ ਹੈ ਤੁਹਾਨੂੰ ਮਿਲੀ ਹੋਈ? ਆਜ਼ਾਦੀ ਕੋਈ ਨਹੀਂ ਹੈ ਸਾਹਿਬ ਜੀ, ਆਜ਼ਾਦੀ ਤਾਂ ਇੱਥੋਂ ਦੇ ਜਿਹੜੇ ਬੱਚੇ ਸਭ ਚੰਡੀਗੜ੍ਹ ਪੜ੍ਹਨ ਜਾਂਦੇ, ਜਿੱਥੇ ਚੰਗੀ ਪੜ੍ਹਾਈ ਮਿਲਦੀ ਹੈ, ਪਰ ਇੱਥੇ ਦਾ ਜਿਹੜਾ ਗੌਰਮੈਂਟੀ ਕਹਿ ਲਓ ਜਾਂ ਹੋਰ ਹੈ, ਨਿੱਲੇ ਹੈ ਤਕਰੀਬਨ, ਸਰਕਾਰੀ ਸਕੂਲ ਜਿੰਨੇ ਵੀ ਹੈ ਅਦਾਰੇ ਸਰਕਾਰੀ, ਉਹ ਨਿੱਲੇ, ਕੋਈ ਡਿਵੈਲਪਮੈਂਟ ਨਹੀਂ ਹੁੰਦੀ। ਸਕੂਲ ਬਣਾਇਆ ਵੀ ਸੀ, ਇੱਕ ਫੋਰਨ 'ਚ ਗਿਆ ਹੋਇਆ ਸੇਠ, ਉਹਨੇ ਉਹਦੇ ਪੈਸਿਆਂ ਨਾਲ ਬਣਿਆ, ਸਰਕਾਰ ਦੀ ਸਹੂਲਤ ਨਾਲ ਕੋਈ ਨਹੀਂ, ਸਹੂਲਤ ਨਾਲ ਕੋਈ ਨਹੀਂ, ਵੈਸੇ ਹੈ ਸਰਕਾਰੀ ਸਕੂਲ ਲਿਖਿਆ ਹੋਇਆ, ਪਰ ਪੈਸਾ ਉਸਨੇ ਖਰਚਿਆ ਹੈ ਜੀ। ਉਹਦੇ ਵਿੱਚ ਹੁਣ ਜਿਹੜਾ ਰਹਿਣਾ ਸਹਿਣਾ ਟੀਚਰ ਆਏ ਗਿਆ, ਉਹਨਾਂ ਦੇ ਬਾਰੇ 'ਚ ਹੁਣ ਕੀ ਦੱਸ ਸਕਦੇ ਤੁਹਾਨੂੰ, ਸਾਡੇ ਤਾਂ ਬੱਚੇ ਬਾਹਰ ਜਾਂਦੇ ਪੜ੍ਹਨ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਅੱਛਾ, ਜੇਕਰ ਹੁਣ ਆਜ਼ਾਦੀ ਦੀ ਗੱਲ ਕਰ ਲਈਏ, ਤਸਵੀਰਾਂ ਹਾਲਾਂਕਿ ਦੇਖ ਚੁੱਕੇ ਹਾਂ, ਅਸਲ ਮਾਇਨੇ ਦੇ ਵਿੱਚ 73 ਸਾਲ ਬਾਅਦ ਵੀ ਤੁਹਾਨੂੰ ਲੱਗਦਾ ਕਿ ਦੇਸ਼ ਆਜ਼ਾਦ ਹੈਗਾ ਹੈ? ਗੋਰਿਆਂ ਤੋਂ ਆਜ਼ਾਦ ਹੋ ਕੇ ਕਿਤੇ ਭੂਰਿਆਂ ਕੋਲ ਤਾਂ ਨਹੀਂ ਫਸ ਗਏ ਅਸੀਂ? ਅਸੀਂ ਤਾਂ ਭੂਰਿਆਂ ਕੋਲ ਫਸ ਗਏ, ਕਾਲਾਂ ਕੋਲ ਫਸ ਗਏ, ਅਸੀਂ ਤਾਂ ਬਿਲਕੁਲ ਜੀਰੋ ਬੈਠੇ ਹਾਂ। ਟੋਭੇ ਦਾ ਦੇਖੋ ਸਾਡੇ ਹਾਲ ਕਿਆ ਹਾਲ ਹੈ, ਗੰਦ ਕਿੰਨਾ, ਅਸੀਂ ਸਾਡਾ ਘਰ ਨੇੜੇ ਹੀ ਦੇਖੋ ਕਿੰਨਾ ਗੰਦ ਪਿਆ ਹੈ, ਮੁਸ਼ਕ ਸਾਰਾ ਦਿਨ ਮੁਸ਼ਕ ਮਾਰਦਾ ਸਾਨੂੰ,
ਕਿਤੇ ਨਾ ਕਿਤੇ ਗੰਦਗੀ ਜਾਂ ਇਸ ਤਰ੍ਹਾਂ ਦੇ ਹਾਲਾਤਾਂ ਦੀ ਗੁਲਾਮੀ ਦੇ ਵਿੱਚ ਜੀਣਾ ਜਿਹੜਾ ਇਹ ਮੁਸ਼ਕਲ ਹੋਇਆ ਹੈਗਾ। ਸੈਣੀ ਵਾਲੀ ਗਲੀ ਜਾ ਕੇ ਦੇਖੋ ਪਾਣੀਓ ਪਾਣੀ ਘੁੰਮ ਰਿਹਾ, ਤੁਰ ਕੇ ਵੀ ਜਾਣਾ ਮੁਸ਼ਕਲ, ਗੱਡੀਆਂ ਵੀ ਜਾਣਾ ਮੁਸ਼ਕਲ, ਕੱਢੇ ਹੀ ਕੱਢੇ, ਪੱਥਰੇ ਪੱਥਰ ਪਏ, ਬਹੁਤ ਬੁਰਾ ਹਾਲ ਹੈ। ਬਿਲਕੁਲ, ਬਹੁਤ ਬਹੁਤ ਧੰਨਵਾਦ। ਅਤੇ ਹੁਣ ਕੁਝ ਨੌਜਵਾਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਜਾਣਦੇ ਹਾਂ ਕਿ ਪਿੰਡ ਦੇ ਵਿੱਚ ਨੌਜਵਾਨਾਂ ਦੇ ਲਈ ਕਿਸ ਤਰ੍ਹਾਂ ਦੀਆਂ ਸੁਵਿਧਾਵਾਂ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਨਾਮ? ਜਗਜੀਤ ਸਿੰਘ ਹੈ ਜੀ। ਜਗਜੀਤ, ਜਿਵੇਂ ਗੱਲ ਕਰੀਏ ਤਾਂ ਸਰਕਾਰ ਦਾਅਵੇ ਕਰਦੀ ਹੈ ਕਿ ਨੌਜਵਾਨਾਂ ਦੇ ਲਈ ਚੰਗੇ ਪ੍ਰਬੰਧ ਕੀਤੇ ਜਾਂਦੇ ਨੇ, ਪਿੰਡ ਦੇ ਵਿੱਚ ਕੋਈ ਜਿੰਮ ਜਾਂ ਫਿਰ ਗਰਾਊਂਡ ਵਗੈਰਾ ਦੀ ਸੁਵਿਧਾ ਹੋਵੇ ਤੁਹਾਡੇ ਪਿੰਡ ਦੇ ਵਿੱਚ? ਸਾਡੇ ਪਿੰਡ 'ਚ ਕੋਈ ਇਹੋ ਜਿਹੀ ਸੁਵਿਧਾ ਹੈ ਨਹੀਂ, ਜੋ ਸਰਕਾਰ ਨੇ ਜੋ ਵਾਅਦੇ ਕਰੇ ਹੈ ਉਹ ਪੂਰੇ ਕਰੇ ਨਹੀਂ ਜੀ। ਪਰ ਸਰਕਾਰ ਤਾਂ ਕਹਿੰਦੀ ਹੈਗੀ ਹੈ ਕਿ ਸਾਰੇ ਜਿਹੜੀਆਂ ਸੁਵਿਧਾਵਾਂ ਪਿੰਡਾਂ ਤੱਕ ਜਿੰਮ ਪ੍ਰੋਵਾਈਡ ਕੀਤੀ ਜਾ ਰਹੀ ਹੈ, ਖੇਡ ਗਰਾਊਂਡ ਵਧੀਆ ਤਰੀਕੇ ਦੇ ਨਾਲ ਬਣਾਏ ਜਾ ਰਹੇ ਨੇ। 73 ਸਾਲਾਂ ਬਾਅਦ ਦੇਸ਼ ਆਜ਼ਾਦ ਹੋ ਕੇ ਕਿਤੇ ਤੋਂ ਕਿਤੇ ਪਹੁੰਚ ਚੁੱਕਿਆ ਹੈ, ਅਸਲ ਮਾਇਨੇ ਦੇ ਵਿੱਚ ਤੁਹਾਡੇ ਪਿੰਡ ਦੀ ਤਸਵੀਰ ਫਿਰ ਕੀ ਹੈਗੀ ਹੈ? ਸਾਡੇ ਪਿੰਡ 'ਚ ਤਾਂ ਇੱਥੇ ਸਾਡੇ ਮੁਹੱਲੇ 'ਚ ਜਾ ਕੇ ਦੇਖਿਆ ਜੀ, ਪਾਣੀ ਸਾਰਾ ਉੱਪਰ ਨੂੰ ਜਾ ਰਿਹਾ ਜੀ, ਜਿਹੜਾ ਵੀ ਪਿੰਡ ਦਾ ਹੈਗਾ ਜੀ। ਇੱਥੇ ਗਰਾਊਂਡ ਤਾਂ ਕਿਹਾ ਜੀ, ਇੱਥੇ ਸਾਡੇ ਮੁਹੱਲੇ 'ਚ ਖੁਦ ਸਫਾਈ ਨਹੀਂ ਹੋ ਰਹੀ ਜੀ। ਇਹ ਜਿਹੜਾ ਹੁਣ ਟੋਭਾ ਉਛਲਿਆ ਵਾ ਇਹਦਾ ਕਿੱਧਰ, ਇਹਨੂੰ ਕੋਈ ਹੱਲ ਨਹੀਂ ਹੈ, ਪਾਣੀ ਇਹ ਲੋਕਾਂ ਦੇ ਘਰਾਂ 'ਚ ਵੜ ਰਿਹਾ ਜੀ, ਇਹ ਸਾਰਾ ਪਾਣੀ ਹੁਣ ਸਾਰਾ ਗਲੀ ਦੇ ਉੱਪਰ ਹੀ ਹੈ ਜੀ। ਹੁਣ ਜਿਹੜੇ ਇੱਧਰ ਨੂੰ ਜਾਣ ਵਾਲੇ ਸੈਰ ਕਰਨ ਜਾਂਦੇ ਆ ਜੀ ਇਕੋ ਸਿਟੀ 'ਚ, ਉਹ ਸਾਰੇ ਉੱਧਰ ਨੂੰ ਦੂਰ ਨੂੰ ਹੋ ਕੇ ਜਾਣਾ ਪੈਂਦਾ ਜੀ। ਬਹੁਤ ਬਹੁਤ ਧੰਨਵਾਦ। ਅੱਛਾ, ਤੁਸੀਂ ਫਿਰ ਖੇਡਦੇ ਕਿਵੇਂ ਹੈਗੇ ਪਿੰਡ ਦੇ ਵਿੱਚ? ਬਸ ਖੇਡਦੇ ਜੀ, ਇੱਦਾਂ ਹੀ, ਗਰਾਊਂਡ ਕੋਈ ਹੈਗਾ ਨਹੀਂ, ਇੱਧਰ ਪਾਰਕ ਪੂਰਕ ਹੈਗੀ ਇਕੋ ਸਿਟੀ, ਉੱਧਰ ਖੇਡੀ ਜਾਂਦੇ ਜੀ। ਪਾਰਕ ਸਰਕਾਰ ਨੇ ਬਣਾ ਕੇ ਦਿੱਤੀ ਹੈਗੀ? ਨਹੀਂ, ਸਰਕਾਰ ਨੇ ਤਾਂ ਨਿਊ ਚੰਡੀਗੜ੍ਹ ਦੀ ਜਿਹੜੀ ਪਾਰਕ ਹੈ ਉੱਥੇ ਖੇਡ ਲੈਂਦੇ। ਪਿੰਡ ਦੇ ਵਿੱਚ ਪ੍ਰਬੰਧ ਕੋਈ ਨਹੀਂ ਹੈਗਾ ਖੇਡਣ 'ਚ? ਕੋਈ ਪ੍ਰਬੰਧ ਨਹੀਂ ਹੈਗਾ ਖੇਡਣ 'ਚ। ਅੱਛਾ, ਜੇਕਰ ਆਜ਼ਾਦੀ ਨੂੰ ਦੇਖਿਆ ਜਾਵੇ, ਆਜ਼ਾਦੀ ਤੁਹਾਡੇ ਮੁਤਾਬਿਕ ਕਿਸ ਨੂੰ ਕਹਿੰਦੇ ਨੇ? ਹਾਲਾਂਕਿ ਸਰਕਾਰੀ ਦਾਅਵਿਆਂ ਦੇ ਮੁਤਾਬਿਕ ਤਾਂ ਆਜ਼ਾਦੀ ਕੁਝ ਹੋਰ ਹੈਗੀ ਹੈ, ਤੁਹਾਡੇ ਮੁਤਾਬਿਕ ਆਜ਼ਾਦੀ ਕੀ ਹੈ? ਇੱਥੇ ਕੋਈ ਆਜ਼ਾਦੀ ਨਹੀਂ ਹੈਗੀ, ਦੇਖੋ ਸਾਰਾ ਇੱਧਰ ਬਿਮਾਰੀ ਦਾ ਘਰ ਬਣੇ ਪਈ ਹੈ, ਟੋਭਾ ਸਾਰਾ ਇੱਧਰ ਘਰ, ਮੱਛਰ ਮੱਖੀਆਂ ਦੇਖੋ ਹੀ, ਸਮੈਲ ਕਿੰਨੀ ਕਿੰਨੀ ਗੰਦੀ ਆਉਂਦੀ ਹੈ ਜੀ ਉਰੇ, ਉਰੇ ਬੈਠ ਵੀ ਨਹੀਂ ਹੁੰਦਾ ਹੈਗਾ ਜੀ ਸਾਤੋਂ। ਰੁਜ਼ਗਾਰ ਮਿਲਦਾ ਪਿੰਡ ਦੇ ਜਿਹੜੇ ਨੌਜਵਾਨਾਂ ਨੂੰ? ਰੁਜ਼ਗਾਰ ਹੈਗਾ ਕੋਈ? ਕੋਈ ਰੁਜ਼ਗਾਰ ਨਹੀਂ ਹੈਗਾ ਜੀ, ਇੱਦਾਂ ਹੀ ਵਿਹਲੇ ਘੁੰਮਦੇ ਜੀ, ਕੋਈ ਕੁਛ ਨਹੀਂ ਹੈਗਾ ਜੀ, ਸਟੱਡੀ ਕਰੀ ਵੀ ਹੈ, ਸਾਰਾ ਕੁਛ ਕਰਿਆ, ਪਲੱਸ ਟੂ ਪਾਸ ਆਈ ਸਾਰੇ, ਇੱਦਾਂ ਹੀ ਘੁੰਮ ਰਹੇ, ਕੋਈ ਰੁਜ਼ਗਾਰ ਨਹੀਂ ਹੈਗਾ ਜੀ। ਹਾਂਜੀ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? ਰਵਿੰਦਰ ਸਿੰਘ। ਅੱਛਾ ਰਵਿੰਦਰ, ਹਾਲਾਤ ਮੈਂ ਪਿੰਡ ਦੇ ਪਹਿਲਾਂ ਦੇਖ ਚੁੱਕਿਆ, ਗੱਲ ਵੀ ਕੀਤੀ ਹੈਗੀ ਹੈ, 73ਵਾਂ ਆਜ਼ਾਦੀ ਦਿਹਾੜਾ ਮਨਾ ਚੁੱਕੇ ਹਾਂ, ਅਸਲ ਮਾਇਨੇ ਦੇ ਵਿੱਚ ਆਜ਼ਾਦੀ ਕੀ ਹੈ? ਆਜ਼ਾਦੀ ਦਾ ਜੀ ਜੋ ਸਾਫ਼ ਸੁਥਰਾ ਸਭ ਕੁਝ ਮਾਹੌਲ ਹੋਵੇ ਉਸਨੂੰ ਆਜ਼ਾਦੀ ਕਹਿੰਦੇ। ਜਿਵੇਂ ਪਿੰਡ ਦਾ ਮਾਹੌਲ ਹੈਗਾ ਤੁਹਾਡੇ ਮੁਤਾਬਿਕ, ਲੱਗਦਾ ਕਿ ਆਜ਼ਾਦ ਭਾਰਤ ਦਾ ਇਹ ਕੋਈ ਪਿੰਡ ਹੈਗਾ? ਲੱਗਦਾ ਨਹੀਂ, ਉਹ ਤਾਂ ਬਹੁਤ ਬੁਰਾ ਹਾਲ ਹੈ ਜੀ ਉਹਦਾ ਤਾਂ। ਆਹ ਦੇਖ ਲਓ, ਇੱਧਰ ਜਾ ਕੇ ਢੇਰਾਂ ਦੇ ਘਰ ਦੇ ਮੂਹਰੇ ਲਿਫਾਫੇ ਲੋਕ ਕਿਰਾਏਦਾਰ ਘੇਰ ਜਾਂਦੇ, ਆਹ ਨਾਲੀਆਂ 'ਚ ਅਸੀਂ ਜਾ। ਚਲੋ ਆਪਣੀ ਗਲਤੀ ਹੈਗੀ ਨਾ, ਆਪਣੀ ਜੀਵਨ ਸ਼ੈਲੀ ਦਾ ਅੰਗ ਹੈਗਾ, ਉਹ ਤਾਂ ਸਾਫ਼ ਸਫਾਈ ਹੋਣੀ ਚਾਹੀਦੀ ਹੈ। ਪਰ ਜਿਵੇਂ ਸੁਵਿਧਾਵਾਂ ਦੀ ਗੱਲ ਕੀਤੀ ਜਾਂਦੀ ਹੈ, ਲੋਕਾਂ ਦੇ ਹੱਕਾਂ ਦੀ ਗੱਲ ਕੀਤੀ, ਤੁਹਾਨੂੰ ਲੱਗਦਾ ਕਿ ਜਿਹੜੇ ਸਰਕਾਰ ਹੱਕਾਂ ਦੀ ਗੱਲ ਕਰਦੀ ਹੈ ਤੁਹਾਨੂੰ ਸਾਰੇ ਹੱਕ ਮਿਲੇ ਹੋਏ ਨੇ? ਇਹ ਕਿਸ ਕਿਸ ਨਹੀਂ ਮਿਲਦਾ ਜੀ। ਕੀ ਕੀ ਮੰਗ ਕੀ ਹੈ ਤੁਹਾਡੇ, ਕਿਹੜੇ ਕਿਹੜੇ ਹੱਕ? ਵੱਕ ਤਾਂ ਜੀ ਬੱਚਿਆਂ ਨੂੰ ਨੌਕਰੀ ਨੁਕਰੀਆਂ ਮਿਲਣੀਆਂ ਚਾਹੀਦੀਆਂ, ਬਾਕੀ ਰੁਜ਼ਗਾਰ ਸਭ ਕੁਛ ਮਿਲਣਾ ਚਾਹੀਦਾ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਨਾਮ ਤੁਹਾਡਾ? ਅਮਨ ਜੀ। ਅੱਛਾ ਅਮਨ, ਜਿਵੇਂ ਆਜ਼ਾਦੀ ਦੀ ਗੱਲ ਕਰ ਰਹੇ ਹਾਂ, ਆਜ਼ਾਦੀ ਤੋਂ ਬਾਅਦ ਜਿਵੇਂ ਹੱਕਾਂ ਦੀ ਗੱਲ ਆਉਂਦੀ ਹੈ, ਆਪਣੇ ਦੇ ਸੰਘਰਸ਼ਾਂ ਦੀ ਗੱਲ ਆਉਂਦੀ, ਕਿਉਂਕਿ ਲੰਬੇ ਸੰਘਰਸ਼ਾਂ ਤੋਂ ਬਾਅਦ ਆਜ਼ਾਦੀ ਜਿਹੜੀ ਮਿਲੀ ਹੈ, ਤੁਹਾਨੂੰ ਲੱਗਦਾ ਕਿ ਜੋ ਸੰਘਰਸ਼, ਜੋ ਕੁਰਬਾਨੀਆਂ ਦੇਸ਼ ਦੇ ਸੂਰਵੀਰਾਂ ਨੇ ਦਿੱਤੀਆਂ ਨੇ ਉਹ ਕਿਤੇ ਨਾ ਕਿਤੇ ਕੰਮ ਆਈਆਂ ਨੇ ਜਾਂ ਫਿਰ ਵਿਅਰਥ ਗਈਆਂ? ਵਿਅਰਥ ਗਈਆਂ ਨੇ ਜੀ, ਕੋਈ ਕੰਮ ਨਹੀਂ ਆ ਰਹੀ ਇੱਥੇ, ਕੋਈ ਡਿਵੈਲਪਮੈਂਟ ਨਹੀਂ ਹੋ ਰਹੀ ਪ੍ਰੋਪਰ, ਮਤਲਬ ਕੋਈ ਵਿਕਾਸ ਨਹੀਂ ਇੱਥੇ। ਕੀ ਮੰਗ ਕਰਦੇ ਹੈਗੇ ਨੌਜਵਾਨ ਹੋਣ ਦੇ ਨਾਤੇ, ਕੀ ਤੁਹਾਡੀ ਮੰਗ ਹੈਗੀ ਹੈ 73 ਸਾਲਾਂ ਦੀ ਆਜ਼ਾਦੀ ਤੋਂ ਬਾਅਦ, ਕਿ ਕੀ ਵਿਕਾਸ ਜਾਂ ਕਿਸ ਤਰ੍ਹਾਂ ਦੇ ਹਾਲਾਤ ਪਿੰਡਾਂ ਦੇ, ਪੰਜਾਬ ਦੇ ਪਿੰਡਾਂ ਦੇ ਹੋਣੇ ਚਾਹੀਦੇ? ਬੱਚਿਆਂ ਨੂੰ ਪ੍ਰੋਪਰ ਕੁਆਲੀਫਿਕੇਸ਼ਨ ਦੇ ਹਿਸਾਬ ਦੇ ਹਰੇਕ ਨੂੰ ਜੋਬ ਮਿਲਣੀ ਚਾਹੀਦੀ ਹੈ, ਹੋਰ ਬਾਕੀ ਖੇਡ ਦੇ ਮੈਦਾਨ ਹੋਣੇ ਚਾਹੀਦੇ ਹੈ ਜੀ। ਬਹੁਤ ਬਹੁਤ ਧੰਨਵਾਦ। ਸੋ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ, ਕਿਤੇ ਨਾ ਕਿਤੇ ਲੋਕਾਂ ਦਾ ਕਹਿਣਾ ਹੈ ਕਿ ਜਿਹੜੀ ਆਜ਼ਾਦੀ ਦੀ ਗੱਲ ਕੀਤੀ ਜਾਂਦੀ ਹੈ ਉਹ ਆਜ਼ਾਦੀ ਕਿਤੇ ਨਾ ਕਿਤੇ ਕਾਗਜ਼ਾਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ, ਸਮਾਗਮਾਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ, ਸਟੇਜਾਂ ਦੇ ਉੱਤੇ ਦੇਖਣ ਨੂੰ ਮਿਲ ਰਹੀ ਹੈ, ਪਰ ਅਸਲ ਮਾਇਨਿਆਂ ਦੇ ਵਿੱਚ ਆਜ਼ਾਦੀ ਪੰਜਾਬ ਦੇ ਪਿੰਡਾਂ ਤੱਕ ਨਹੀਂ ਪੁੱਜੀ, ਪੰਜਾਬ ਦੇ ਪਿੰਡਾਂ ਦੇ ਲੋਕਾਂ ਤੱਕ ਨਹੀਂ ਪੁੱਜੀ, ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਇਹਨਾਂ ਪਿੰਡਾਂ ਦੇ ਬਣੇ ਹੋਏ ਨੇ ਉਸ ਤੋਂ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਹੈ। ਲੋਕਾਂ ਦੇ ਵੱਲੋਂ ਲਗਾਤਾਰ ਮੰਗ ਕੀਤੀ ਜਾਂਦੀ ਹੈ ਕਿ ਸਾਰੀਆਂ ਸੁਵਿਧਾਵਾਂ, ਚਾਹੇ ਉਹ ਗਲੀਆਂ ਨਾਲੀਆਂ ਦੀ ਸੁਵਿਧਾਵਾਂ ਹੋਵੇ, ਸਾਫ਼ ਸਫਾਈ ਦੀ ਸੁਵਿਧਾ ਹੋਵੇ, ਰੁਜ਼ਗਾਰ ਦੀ ਸੁਵਿਧਾ ਹੋਵੇ, ਸਾਰੀਆਂ ਸੁਵਿਧਾਵਾਂ ਪਿੰਡ ਦੇ ਵਿੱਚ ਜਾਂ ਪੰਜਾਬ ਦੇ ਲੋਕਾਂ ਨੂੰ ਮਿਲਣੀਆਂ ਚਾਹੀਦੀਆਂ ਨੇ। ਅਤੇ ਇਸੇ ਬਾਬਤ ਕੁਝ ਹੋਰ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਅਤੇ ਚੱਲਦੇ ਹਾਂ ਹੁਣ ਕੁਝ ਹੋਰ ਲੋਕਾਂ ਦੇ ਕੋਲ।
ਸ਼ਬਦਾਂ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਅਤੇ ਕੁਝ ਹੋਰ ਨੌਜਵਾਨ ਮੌਜੂਦ ਨੇ ਜਾਣਦੇ ਹਾਂ ਕਿ ਅਸਲ ਮਾਇਨਿਆਂ ਦੇ ਵਿੱਚ ਇਹ ਆਜ਼ਾਦੀ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਨੇ ਅਸਲ ਮਾਇਨਿਆਂ ਦੇ ਵਿੱਚ ਇਹਨਾਂ ਤੱਕ ਆਜ਼ਾਦੀ ਪੁੱਜੀ ਹੈ ਹਾਲਾਂਕਿ ਆਜ਼ਾਦੀ ਨੂੰ ਤਾਂ ਦੇਸ਼ ਨੂੰ ਆਜ਼ਾਦ ਹੋਇਆ ਤਾਂ 73 ਸਾਲ ਹੋ ਚੁੱਕੇ ਨੇ ਪਰ ਅਸਲ ਮਾਇਨਿਆਂ ਦੇ ਵਿੱਚ ਆਜ਼ਾਦੀ ਕੀ ਹੈਗੀ ਹੈ ਸਤਿ ਸ਼੍ਰੀ ਅਕਾਲ ਜੀ ਦੇਖੋ ਆਜ਼ਾਦੀ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਅਰਸ਼ਦ ਅਤੇ ਮੈਂ ਪੰਜਾਬ ਦੇ ਇੱਕ ਸ਼ਹਿਰ ਮਲੇਰਕੋਟਲਾ ਦਾ ਰਹਿਣ ਵਾਲਾ ਜੇਕਰ ਆਜ਼ਾਦੀ ਦੀ ਗੱਲ ਕਰੀਏ ਤਾਂ ਅਸਲ ਮਾਇਨੇ ਦੇ ਵਿੱਚ ਆਜ਼ਾਦੀ ਹੈ ਕੀ ਤੁਹਾਡੇ ਤੱਕ ਆਜ਼ਾਦੀ ਪੁੱਜ ਗਈ ਹੈ ਦੇਖੋ ਕਹਿਣ ਨੂੰ ਤਾਂ ਮਤਲਬ ਲਫਜ਼ਾਂ ਦੇ ਵਿੱਚ ਕਿ ਮੁਲਕ ਆਜ਼ਾਦ ਹੋ ਗਿਆ ਪਰ ਸਹੀ ਮਾਇਨਿਆਂ ਦੇ ਵਿੱਚ ਜੋ ਆਜ਼ਾਦੀ ਦਾ ਮਕਸਦ ਹੈ ਜੋ ਆਜ਼ਾਦੀ ਦਾ ਮਤਲਬ ਸੀ ਉਹ ਮੈਨੂੰ ਕਿਤੇ ਦਿਸ ਨਹੀਂ ਰਿਹਾ ਅਸੀਂ ਅੱਜ ਵੀ ਗੁਲਾਮ ਹਾਂ ਮਤਲਬ ਉਹਨਾਂ ਰਾਜਨੀਤਿਕ ਸਾਜ਼ਿਸ਼ਾਂ ਦਾ ਜਿਹੜੀਆਂ ਮਤਲਬ ਆਜ਼ਾਦ ਹੋਣ ਤੋਂ ਬਾਅਦ ਹੁਣ ਤੱਕ ਸਾਨੂੰ ਇਸ ਘੇਰੇ ਦੇ ਵਿੱਚ ਰੱਖਿਆ ਹੋਇਆ ਅਸੀਂ ਆਪਣੀ ਮਰਜ਼ੀ ਦੇ ਨਾਲ ਮਤਲਬ ਜਿਵੇਂ ਕਿ ਸਾਨੂੰ ਸਾਡੇ ਪੂਰੇ ਹੱਕ ਹੀ ਨਹੀਂ ਮਿਲਦੇ ਹੈਗੇ ਅਸੀਂ ਪੜ੍ਹੇ ਲਿਖੇ ਨੌਜਵਾਨ ਨੇ ਜਿਹੜੇ ਉਹ ਬੇਰੁਜ਼ਗਾਰ ਫਿਰ ਰਹੇ ਨੇ ਵਿਹਲੇ ਨੇ ਸਾਰੇ ਔਰ ਜਿਸਦੇ ਨਾਲ ਬੁਰਾਈ ਵੱਧ ਰਹੀ ਹੈ ਕਿ ਲੋਕ ਨੌਜਵਾਨ ਪੀੜ੍ਹੀ ਨਸ਼ੇ 'ਤੇ ਜਾ ਰਹੀ ਹੈ ਉਹ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਸਭ ਨੂੰ ਪਤਾ ਆ ਇਸ ਕਰਕੇ ਮਤਲਬ ਬਰਬਾਦੀ ਹੋ ਰਹੀ ਹੈ ਆਜ਼ਾਦੀ ਨਹੀਂ ਹੈ ਬਰਬਾਦੀ ਹੋ ਰਹੀ ਹੈ ਮੁਲਕ ਆਜ਼ਾਦ ਨਹੀਂ ਧਰਮ ਦੇ ਨਾਮ ਦੇ ਉੱਤੇ ਭੇਦਭਾਵ ਕੀਤਾ ਜਾਂਦਾ ਸਪੈਸ਼ਲੀ ਜਿੱਥੇ ਕਿ ਮੁਸਲਮਾਨ ਦੀ ਗੱਲ ਚੱਲਦੀ ਹੈ ਉੱਥੇ ਨਾਲੋਂ ਤਾਂ ਹਰ ਜਗ੍ਹਾ ਭੇਦਭਾਵ ਕੀਤਾ ਜਾਂਦਾ ਉਹਦੇ ਧਰਮ ਦੇ ਮਤਲਬ ਮਸਲਿਆਂ ਦੇ ਉੱਤੇ ਜਿਹੜੀ ਹੈ ਕਿ ਰਾਜਨੀਤਿਕ ਪਹਿਲੂ ਨੇ ਜਿਹੜੇ ਲਾਗੂ ਕੀਤੇ ਜਾਂਦੇ ਨੇ ਧਰਮ ਨੂੰ ਲੈ ਕੇ ਇੱਕ ਵਿਵਾਦ ਪੈਦਾ ਕੀਤਾ ਜਾਂਦਾ ਧਰਮ ਦੇ ਨਾਮ 'ਤੇ ਲੋਕਾਂ ਨੂੰ ਲੜਾਇਆ ਜਾਂਦਾ ਇਹ ਆਜ਼ਾਦੀ ਵਾਲੇ ਮੁਲਕ 'ਚ ਇੱਦਾਂ ਦਾ ਕੁਝ ਨਹੀਂ ਹੁੰਦਾ ਆਜ਼ਾਦੀ ਕਿਵੇਂ ਦੇਖਦੇ ਹੋ ਤੁਸੀਂ ਹਾਲਾਂਕਿ ਮੁਲਕ ਦੇ ਵਿੱਚ ਲਗਾਤਾਰ ਵਿਕਾਸ ਦੀਆਂ ਗੱਲਾਂ ਹੁੰਦੀਆਂ ਨੇ ਸਿੱਖਿਆ ਦੀ ਗੱਲ ਹੁੰਦੀ ਹੈ ਸਿਹਤ ਸਹੂਲਤਾਂ ਦੀ ਗੱਲ ਹੁੰਦੀ ਹੈ ਹਰ ਪੱਖ ਦੇ ਉੱਤੇ ਆਜ਼ਾਦੀ ਦੀ ਗੱਲ ਕੀਤੀ ਜਾਂਦੀ ਕਿਹਾ ਜਾਂਦਾ ਕਿ ਹੁਣ ਤੁਸੀਂ ਆਜ਼ਾਦ ਹੈਗੇ ਆ ਕੁਝ ਵੀ ਕੀਤਾ ਜਾ ਸਕਦਾ ਤੁਹਾਡੇ ਤੱਕ ਸਾਰੀਆਂ ਸਹੂਲਤਾਂ ਪੁੱਜਦੀਆਂ ਕਰ ਦਿੱਤੀਆਂ ਨੇ ਪਰ ਅਸਲ ਮਾਇਨੇ ਦੇ ਵਿੱਚ ਜੋ ਜਿਸ ਤਰ੍ਹਾਂ ਦੇ ਰਾਜਨੀਤਿਕ ਆਗੂਆਂ ਦੇ ਦਾਅਵੇ ਹੈਗੇ ਨੇ ਤੁਹਾਨੂੰ ਲੱਗਦਾ ਕਿ ਮੁਲਕ ਦੀ ਤਸਵੀਰ ਉਸੇ ਤਰ੍ਹਾਂ ਦੀ ਹੈਗੀ ਹੈ ਨਹੀਂ ਵਿਕਾਸ ਹੋ ਰਿਹਾ ਬਿਲਕੁਲ ਹੋ ਰਿਹਾ ਫੈਸਿਲਿਟੀਜ਼ ਆ ਰਹੀਆਂ ਨੇ ਟੈਕਨੋਲੋਜੀ ਆ ਰਹੀ ਹੈ ਮੈਡੀਸਨ ਲਾਈਨ ਦੇ ਵਿੱਚ ਵਿਕਾਸ ਹੋ ਰਿਹਾ ਮਗਰ ਜਿਸ ਲੈਵਲ ਦੇ ਉੱਤੇ ਲੋਕ ਇਹਨਾਂ ਦੇਸ਼ਾਂ ਦੀ ਗੱਲ ਕਰਦੇ ਹਾਂ ਉਹਨਾਂ ਦੇਸ਼ਾਂ ਤੱਕ ਹੈਗੇ ਅਸੀਂ ਨਹੀਂ ਬਿਲਕੁਲ ਵੀ ਨਹੀਂ ਹੈਗੇ ਅਤੇ ਵਿਕਾਸ ਹੈ ਜਿਹੜਾ ਉਹ ਇੱਕ ਮਿਡਲ ਕਲਾਸ ਔਰ ਉਸ ਤੋਂ ਨੀਚੇ ਜਿਹੜੇ ਲੋਕ ਨੇ ਉਹਨਾਂ ਤੱਕ ਪਹੁੰਚਦੇ ਬਹੁਤ ਟਾਈਮ ਹੋ ਜਾਂਦਾ ਹੈ ਜਿਵੇਂ ਕਿ ਆਪਾਂ ਇਲਾਜ ਫਿਰ ਵਿਕਾਸ ਕਾਹਦਾ ਹੋਇਆ ਫਿਰ ਵਿਕਾਸ ਕਾਹਦਾ ਹੋਇਆ ਜਦੋਂ ਦੇਖੋ ਹਿੰਦੁਸਤਾਨ ਦੀ ਮਤਲਬ ਅੱਧੀ ਤੋਂ ਮਾਤਰ ਜ਼ਿਆਦਾ ਪਾਪੂਲੇਸ਼ਨ ਹੈ ਜਿਹੜੀ ਗਰੀਬ ਰੇਖਾ ਦੇ ਵਿੱਚ ਆਉਂਦੀ ਹੈ ਜ਼ਿਆਦਾਤਰ ਲੋਕ ਨੇ ਜਿਹੜੇ ਔਰ ਜਿਹੜੇ ਸਟਰਗਲ ਕਰਦੇ ਨੇ ਮਤਲਬ ਉਹਨਾਂ ਨੂੰ ਨਾ ਤਾਂ ਅੱਛੀ ਮੈਡੀਕਲ ਸਹਾਇਤਾ ਮਿਲਦੀ ਹੈ ਉਹਨਾਂ ਨੂੰ ਨਾ ਤਾਂ ਉਹਨਾਂ ਨੂੰ ਨੌਕਰੀਆਂ ਮਿਲਦੀਆਂ ਨੇ ਨਾ ਉਹਨਾਂ ਨੂੰ ਮਤਲਬ ਇੱਕ ਨੈਤਿਕਤਾ ਮਿਲਦੀ ਹੈ ਵੀ ਮਤਲਬ ਸਮਾਜ ਦੇ ਵਿੱਚ ਬਰਾਬਰ ਸਮਝਿਆ ਜਾਂਦਾ ਸਾਰੇ ਹੱਕ ਮਿਲਦੇ ਨੇ ਤੁਹਾਡੇ ਨਹੀਂ ਬਿਲਕੁਲ ਨਹੀਂ ਮਿਲਦੇ ਹੈਗਾ ਸਾਰੇ ਹੱਕ ਅਸੀਂ ਮਤਲਬ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਅੱਗੇ ਸਾਡੀ ਹੋਰ ਚਾਹਵਾਨ ਸੀਗਾ ਵੀ ਅਸੀਂ ਅੱਗੇ ਕਰੀਏ ਪਰ ਫੈਮਿਲੀ ਤੌਰ 'ਤੇ ਅਸੀਂ ਕੁਛ ਐਫਰਟ ਨਹੀਂ ਕਰ ਸਕਦੇ ਮਤਲਬ ਸਰਕਾਰ ਹੈ ਜਿਹੜੀ ਆਪਣੇ ਉਹਨਾਂ ਨਾਗਰਿਕਾਂ ਨੂੰ ਦੇਖ ਨਹੀਂ ਰਹੀ ਹੈਗੇ ਜਿਹੜੇ ਮਤਲਬ ਆਪਣੀ ਸਟੱਡੀ ਐਫਰਟਸ ਨਹੀਂ ਕਰ ਸਕਦੇ ਮਤਲਬ ਆਪਣੀ ਤਰਫ ਤੋਂ ਵੀ ਕੁਛ ਸਰਕਾਰ ਕਰ ਨਹੀਂ ਰਹੀ ਉਹਨਾਂ ਬੱਚਿਆਂ ਵਾਸਤੇ ਜੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਮੁਹੰਮਦ ਜਮਸ਼ੇਦ ਅੱਛਾ ਮੁਹੰਮਦ ਜਿਵੇਂ ਗੱਲ ਹੁੰਦੀ ਹੈ ਆਜ਼ਾਦੀ ਦੀ ਗੱਲ ਆਉਂਦੀ ਹੈ ਵੱਡੇ ਵੱਡੇ ਸਮਾਗਮ ਰੱਖੇ ਜਾਂਦੇ ਨੇ ਜਦੋਂ ਆਜ਼ਾਦੀ ਦਿਹਾੜਾ ਮਨਾਉਣਾ ਹੁੰਦਾ ਸਮਾਗਮਾਂ ਦੇ ਵਿੱਚ ਵੱਡੀਆਂ ਵੱਡੀਆਂ ਗੱਲਾਂ ਵੀ ਕਰ ਦਿੱਤੀਆਂ ਜਾਂਦੀਆਂ ਨੇ ਦੇਸ਼ ਦੇ ਨੌਜਵਾਨਾਂ ਨੂੰ ਲੈ ਕੇ ਗੱਲ ਕੀਤੀ ਜਾਂਦੀ ਹੈ ਬਜ਼ੁਰਗਾਂ ਨੂੰ ਲੈ ਕੇ ਗੱਲ ਕੀਤੀ ਜਾਂਦੀ ਹੈ ਔਰਤਾਂ ਨੂੰ ਲੈ ਕੇ ਗੱਲ ਕੀਤੀ ਜਾਂਦੀ ਹੈ ਜਿੰਨੀਆਂ ਵੀ ਦੇਸ਼ ਦੀਆਂ ਧਿਰਾਂ ਹੈਗੀਆਂ ਨੇ ਜਿੰਨੇ ਵੀ ਦੇਸ਼ ਦੇ ਰਾਜ ਹੈਗੇ ਨੇ ਤੁਹਾਨੂੰ ਲੱਗਦਾ ਕਿ ਸਾਰੇ ਆਜ਼ਾਦੀ ਮਾਣਦੇ ਨੇ ਜੀ ਮੈਨੂੰ ਤਾਂ ਲੱਗਦਾ ਨਹੀਂ ਸਾਰੇ ਜਿਵੇਂ ਸੂਬਾ ਹੈ ਆਪਣਾ ਪੰਜਾਬ ਵੀ ਆਜ਼ਾਦੀ ਮਾਰ ਰਹੇ ਨੇ ਘੱਟ ਗਿਣਤੀਆਂ ਨਾਲ ਜਿਵੇਂ ਸਿੱਖ ਹੈ ਮੁਸਲਿਮ ਆ ਬਹੁਤ ਜ਼ਿਆਦਾ ਇਹਨਾਂ ਨਾਲ ਅਨਿਆਏ ਹੋ ਰਿਹਾ ਹੈ ਪੂਰੇ ਇਸੇ ਕਰਕੇ ਧਰਮ ਦੇ ਨਾਮ 'ਤੇ ਦੰਗੇ ਕਰਾਏ ਜਾਂਦੇ ਨੇ ਕਈ ਦਫ਼ਾ ਕੁਝ ਹੋਰ ਕਰਾਇਆ ਜਾਂਦਾ ਕਿਸੇ ਦਿਨ ਮੈਂ ਨੀਚੇ ਲਿਆਉਂਦਾ ਇਹਨਾਂ ਨੂੰ ਇੱਕ ਦਫ਼ਾ ਪੋਲੀਟੀਕਲ ਪਾਰਟੀਆਂ ਦੀ ਇਹ ਲੱਗੀ ਰਹਿੰਦੀ ਹੈ ਕਿ ਮੁਸਲਮਾਨ ਨੂੰ ਜਿਵੇਂ ਕਸ਼ਮੀਰ ਦੇ ਵਿੱਚ ਕਸ਼ਮੀਰੀ ਭਾਈਆਂ ਨਾਲ ਧੱਕਾ ਹੋਇਆ ਨਜੇਜ਼ 3 ਤਲਾਕ 'ਤੇ ਕਦੇ ਹੁੰਦੇ ਨੇ ਹਰ ਇੱਕ ਚੀਜ਼ ਦੇ ਡਿਵਲਪਮੈਂਟ ਕਰਕੇ ਨਜੇਜ਼ ਹੋ ਰਹੀ ਹੈ ਉਰੇ ਇਸੇ ਕਰਕੇ ਘੱਟ ਗਿਣਤੀਆਂ ਵਾਲਿਆਂ ਨਾਲ ਜੁਰਮ ਹੋ ਰਿਹਾ ਅੱਛਾ ਸਵਾਲ ਇਹ ਹੈਗਾ ਕਿ ਜਿਵੇਂ ਗੱਲ ਕੀਤੀ ਜਾਂਦੀ ਹੈ ਵਿਕਾਸ ਦੀ ਗੱਲ ਕੀਤੀ ਜਾਂਦੀ ਹੈ ਸਿੱਖਿਆ ਦੀ ਰੁਜ਼ਗਾਰ ਦੀ ਤੁਹਾਨੂੰ ਲੱਗਦਾ ਕਿ ਉਹ ਸਾਰੀਆਂ ਜਿਹੜੀਆਂ ਜ਼ਰੂਰਤਾਂ ਨੇ ਹਾਲਾਂਕਿ ਆਜ਼ਾਦੀ ਸਿਰਫ ਆਜ਼ਾਦ ਹੋਣਾ ਹੀ ਨਹੀਂ ਹੈਗੀਆਂ ਜ਼ਰੂਰਤਾਂ ਮਿਲਣ ਦੀ ਆਜ਼ਾਦੀ ਵੀ ਹੋਣੀ ਚਾਹੀਦੀ ਹੈ ਦੇਸ਼ ਦੇ ਵਿੱਚ ਘੁੰਮਣ ਫਿਰਨ ਦੀ ਆਜ਼ਾਦੀ ਵੀ ਹੋਣੀ ਚਾਹੀਦੀ ਹੈ ਤਮਾਮ ਆਜ਼ਾਦੀ ਦੀਆਂ ਜੋ ਗੱਲਾਂ ਹੈਗੀਆਂ ਨੇ ਤਮਾਮ ਆਜ਼ਾਦੀ ਦੇ ਜੋ ਪਹਿਲੂ ਹੈਗੇ ਨੇ ਤੁਹਾਨੂੰ ਲੱਗਦਾ ਕਿ ਮੁਲਕ ਦੇ ਸਾਰੇ ਬਸ਼ਿੰਦਿਆਂ ਨੂੰ ਉਹ ਆਜ਼ਾਦੀ ਦੇ ਜਿਹੜੇ ਇੱਕ ਸੁਪਨੇ ਨੇ ਆਜ਼ਾਦੀ ਦੇ ਉਹ ਸਾਰੇ ਉਹਨਾਂ ਨੂੰ ਦਿਖਾਏ ਤਾਂ ਜਾਂਦੇ ਨੇ ਪਰ ਉਹ ਸੁਪਨੇ ਸੱਚ ਹੈਗੇ ਨੇ ਦੇਖ ਲਓ ਹੁਣ ਤੁਸੀਂ ਆਪਣੇ ਪੰਜਾਬ ਦਾ ਹੀ ਹਾਲ ਲਾ ਲਿਓ ਮੁੰਡੇ ਉਰੋਂ ਛੱਡ ਛੱਡ ਕੇ ਵਿਦੇਸ਼ਾਂ ਨੂੰ ਜਾ ਰਹੇ ਨੇ ਕਨੇਡਾ ਜਾ ਰਹੇ ਨੇ ਆਸਟ੍ਰੇਲੀਆ ਜਾ ਰਹੇ ਨੇ ਇਟਲੀ ਜਾ ਰਹੇ ਨੇ ਇੱਧਰ ਜਾ ਰਹੇ ਨੇ ਉਰੇ ਰੋਜ਼ਗਾਰ ਹੋਊਗਾ ਤਾਂ ਉਹ ਕੀ ਕਰਨ ਜਾਣਗੇ ਉੱਥੇ ਬਾਹਰ ਨੂੰ ਐਂ ਆ ਗੱਲ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸੋ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ ਇਹਨਾਂ ਦਾ ਕਹਿਣਾ ਹੈ ਕਿ ਕਿਤੇ ਨਾ ਕਿਤੇ ਆਜ਼ਾਦੀ ਉਹ ਨਹੀਂ
जो सिर्फ स्टेजों के उत्ते खड़ के वड्डे वड्डे भाषण देने दे नाल सामने आउंदी है। आजाद होना आजाद होने के नाते सारिया सुविधावान सारे हक जे लोगों मुल्क के बछिंद मिलने चाहिए ने असल मायने के आज़ादी है। आज़ादी आजाद तरीके रहना आजाद तरीके अपनी गल रखना आजाद तरीके हर एक इंसान हर एक बछिंदे उस तरह के हक मिलने उसू आज़ादी कहा जाता है। सो इतें रुकते हैं एक छोटे जे ब्रेक के लिए, मिलते हैं ब्रेक तो बाद। देश दे विच 73वां आज़ादी दिहाड़ा मना चुके हैं पर लगातार लोगों के वलों सवाल उठाए जाते हैं कि असी अज भी आज़ाद नहीं। आज़ादी नूं लैके वक्खो वक्ख मायने लोगों के वलों कढ़े जा रहे हैं। कुछ अपनी घरेलू जरूरतों नूं लैके आज़ादी की मंग कर रहा है, कोई पढ़न लिखण नूं लैके आज़ादी की मंग कर रहा है, कोई रुजगार नूं लैके आज़ादी की मंग कर रहा है। आज़ादी वक्खो वक्री हुंदी है पर कुछ लोग मौजूद ने, नौजवान ने, इन्हां तों जाणदे हां कि असल मायने दे विच इन्हां दे मुताबिक आज़ादी किहनूं कहिंदे ने। हालांकि बड़े लंबे संघर्षां तों बाद आज़ादी मिली है पर इन्हां मुताबिक आज़ादी किहनूं कहिंदे ने जाणदे हां। सति श्री अकाल जी। सति श्री अकाल जी। की नाम है? जसवीर सिंह। अच्छा जसवीर, जिवें आज़ादी दिहाड़ा मना चुके हैं तो पर असल मायने दे विच आज़ादी किहनूं कहिंदे ने, तुहाडे मुताबिक आज़ादी है की? जिस तरह कि वीरे अज दे दौर दे विच आपां देखिए तो आज़ादी जिहड़ी आ आपां नूं बिल्कुल नहीं मिली हुई। ठीक है, कोई भी काम आ जिवें आपां नौकरियां नूं लईए, किन्ने पढ़े लिखे नौजवान आ, जे असीं पंजाब दे विचों नशे नूं खत्म करना चाहुंदे आ तो सानूं सब तों पहलां नौकरियां चाहीदियां। ठीक है जी, नौकरी सानूं कोई मिल नहीं रही तो नशे तों असीं आज़ादी किवें लवांगे? ठीक है, जिहड़ी चीज़ कोई भी चीज़ आ सरकार उस चीज़ नूं बैन करदी आ जिहनूं ज़्यादा वधाउणा हुंदा। सानूं कदे भी उस चीज़ नूं बैन नहीं करदे जिहड़ियां चीज़ां फैक्ट्रियां चों बनदियां जां मान लो जिहड़ी आम पब्लिक दी चीज़ आ उहनूं बैन कर दिंदे आ। कितना कितें कह रहे तुसीं जो रणनीति जां नीति सरकार दे वल्लों बनाई जांदी आ लोकां दे लई उह कितना कितें थोपी जांदी है, आज़ादी जां आज़ाद मायनिआं दे तौर ते उहनां नीतियां नूं लोकां दे लई वरत्या नहीं जांदा? हाँ जी बिल्कुल सही आ, जिहड़े सरकारियां नीतियां बनदियां वा उहनां दा उह तां आपणे च चलदियां नहीं। ठीक है, जो लीडर कहिंदे उह हुंदा, पब्लिक दा तां कोई सुणदा ही कोई नहीं गा। पब्लिक बिल्कुल उही गुलाम पहलां नालों वी वध गुलाम हैगी आ। ये भी कहा जाता है ना कि जो हुण 73 साल हो चुके ने आज़ाद होया नूं, काफ़ी लोगों के वलों मंग भी की जाती है कि विकास किया जाए, रुजगार दिता जाए, सेहत सहूलत दी जान, काफ़ी विकास दीयां गल्लां भी सरकार कर दी। तुहानूं लगता है कि असल मायने दे विच जिस तरह की तस्वीर राजनीति पेश करती है असल मायने दे विच आज़ादी जां देश की तस्वीर उस तरह की हैगी है? देखो वीरे, तुसीं देख ही रहे हो जिहड़े कि अपने पंजाब दे नौजवान आ सब तो ज़्यादा अलर्ट्स करके बाहर जा रहे हैं। जे साडे पंजाब दे विच ही सब कुछ होवे सानूं बाहर जाण दी जरूरत ही नहीं। ठीक है, अज दे टाइम दे विच सिर्फ सरकार पैसा कमाउण दी खातर कम कर रही आ। तुसीं देखो MA BEd नौजवान किन्ने आ? ठीक है, हरेक साल दे विच 2 टैट दे पेपर हुंदे आ। ठीक है, 600 रुपया उहदी फीस आ, टैट दे विचों क्लीयर सिर्फ 1-2% पास हुंदे। ठीक है, उहनां नूं वी नौकरियां नहीं मिलदियां, पैसा इकट्ठा कर लैंदे आ, उस तों बाद फिर 6 महीने बाद टैट कढ दिंदे आ। सानूं आज़ादी कित्थे आ, सानूं नौकरी कित्थे आ? कम से कम जिहड़े बंदे 50-50 हज़ार रुपया नौकरी लैंदे उहनां नूं छड्ड के कोई 5-5 हज़ार ते सानूं नौकरियां दित्तियां जाण, असीं आज़ादी समझ गए? साडे कोल आज़ादी कित्थे आ? आज़ादी तां साडे कोल है ही नहीं, ना कोई साडे कोल नौकरी आ, ना साडे कोल रुजगार आ। जे असीं कोई कम करदे हाँ उह ते सरकार बैन करदी आ। ਦਵਿੰਦਰ, ਜਿਵੇਂ ਦੇਸ਼ ਦੇ ਵਿੱਚ ਗੱਲ ਹੁੰਦੀ ਹੈ ਕਿ ਅਸੀਂ ਆਜ਼ਾਦ ਹੋ ਚੁੱਕੇ ਹਾਂ, 73ਵਾਂ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ, ਵੱਡੇ ਵੱਡੀਆਂ ਗੱਲਾਂ ਵੀ ਕੀਤੀਆਂ ਜਾਂਦੀਆਂ ਨੇ ਕਿ ਇਸ ਤਰ੍ਹਾਂ ਦੇ ਹਾਲਾਤ ਹੋਣੇ ਚਾਹੀਦੇ ਨੇ, ਇਸ ਤਰ੍ਹਾਂ ਦਾ ਮਾਹੌਲ ਹੋਣਾ ਚਾਹੀਦਾ ਦੇਸ਼ ਦੇ ਵਿੱਚ, ਲੋਕਾਂ ਦੀ ਵੀ ਮੰਗ ਹੈਗੀ ਹੈ। ਤੁਹਾਨੂੰ ਲੱਗਦਾ ਕਿ ਅਸਲ ਮਾਇਨੇ ਦੇ ਵਿੱਚ ਜਿਸ ਤਰ੍ਹਾਂ ਦੀ ਸਰਕਾਰ ਆਜ਼ਾਦੀ ਨੂੰ ਲੈ ਕੇ ਜਾਂ ਦੇਸ਼ ਨੂੰ ਲੈ ਕੇ ਤਸਵੀਰ ਪੇਸ਼ ਕਰਦੀ ਹੈਗੀ ਹੈ, ਅਸਲ ਮਾਇਨੇ ਦੇ ਵਿੱਚ ਆਜ਼ਾਦੀ ਦਾ ਜਾਂ ਦੇਸ਼ ਦੇ ਲੋਕ ਉਸੇ ਤਸਵੀਰ ਦੇ ਵਿੱਚ ਬੰਨੇ ਹੋਏ ਨੇ, ਅਸਲ ਮਾਇਨੇ ਦੇ ਵਿੱਚ ਆਜ਼ਾਦੀ ਹੈ ਕਿ ਤੁਹਾਡੇ ਮੁਤਾਬਿਕ? ਬਾਈ ਜੀ ਬਿਲਕੁਲ, ਜਿਹੜੇ ਮੁੰਡੇ ਜਿਵੇਂ ਦੱਸਿਆ ਵੀਰ ਜੀ ਨੇ ਬਾਹਰ ਜਾ ਰਹੇ ਆ, ਤੁਸੀਂ ਮੇਰੇ ਨਾਲ ਚੱਲੋ, ਘਰ ਘਰ ਮਸ਼ੀਨਾਂ ਵਿਕਾਊ ਖੜੀਆਂ, ਘਰ ਘਰ ਟਰੈਕਟਰ ਵਿਕਾਊ ਖੜੇ ਆ। ਉਹ ਮਤਲਬ ਬੱਚੇ ਜਿਹੜੇ ਬਾਹਰ ਜਾਣ ਦੇ ਚੱਕਰ 'ਚ ਲੋਕ ਟਰੈਕਟਰ ਵੇਚਦੇ ਆ, ਕੋਈ ਮਸ਼ੀਨਾਂ ਵੇਚਦੇ, ਮੁੰਡੇ ਬੱਚੇ ਸਾਡੇ ਬਾਹਰ ਕਿਉਂ ਜਾ ਰਹੇ ਨੇ? ਬਾਹਰ ਜਾਣਾ, ਇੱਥੇ ਕੋਈ ਮਿਲ ਨਹੀਂ ਰਿਹਾ, ਰੁਜ਼ਗਾਰ ਨਹੀਂ ਮਿਲ ਰਿਹਾ ਜੀ ਆਪਾਂ ਨੂੰ, ਅਤੇ ਬੱਚਿਆਂ ਨੇ ਬਾਹਰ ਹੀ ਜਾਣਾ ਜੀ। ਤੋ ਇਸੇ ਕਰਕੇ ਤੁਸੀਂ ਮੇਰੇ ਨਾਲ ਚੱਲੋ, ਤੁਹਾਨੂੰ ਮੈਂ ਦਿਖਾ ਦਿੰਦਾ ਘਰ ਘਰ ਟਰੈਕਟਰ ਮਸ਼ੀਨਾਂ ਸਾਰੀਆਂ ਸਾਡੀਆਂ ਜਿਹੜੇ ਜ਼ਰੂਰਤ ਦੇ ਸੰਦ ਆ ਸਾਰੇ ਉਹ ਸਾਡੇ ਵਿਕਾਊ ਖੜ੍ਹੇ ਆ ਜੀ। ਲਗਾਤਾਰ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਪਰ ਸਵਾਲ ਇੱਥੇ ਵੱਡਾ ਇਹ ਹੁੰਦਾ ਜਾ ਰਿਹਾ ਕਿ ਆਜ਼ਾਦੀ ਅਸਲ ਮਾਇਨੇ ਦੇ ਵਿੱਚ ਕੀ ਸਾਡੇ ਨਾਗਰਿਕਾਂ ਨੂੰ ਮਿਲੀ ਹੈ, ਕਿ ਅਸੀਂ ਗੋਰਿਆਂ ਤੋਂ ਆਜ਼ਾਦ ਹੋ ਕੇ ਭੂਰਿਆਂ ਕੋਲ ਤਾਂ ਨਹੀਂ ਫਸ ਗਏ? ਲਗਾਤਾਰ ਸਵਾਲ ਉਠਾਏ ਜਾ ਰਹੇ ਨੇ ਪਰ ਇਹਨਾਂ ਸਵਾਲਾਂ ਦੇ ਜਵਾਬ ਹੁਣ ਨੌਜਵਾਨਾਂ ਤੋਂ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਗੁਰਪਿੰਦਰ ਸਿੰਘ ਹੈ। ਅੱਛਾ ਗੁਰਪਿੰਦਰ, ਅਸਲ ਮਾਇਨੇ ਦੇ ਵਿੱਚ ਆਜ਼ਾਦੀ ਕਿਹਨੂੰ ਕਹਿੰਦੇ ਨੇ? ਕਿਉਂਕਿ ਲੰਬਾ ਸੰਘਰਸ਼ ਆਜ਼ਾਦੀ ਦੇ ਲਈ ਵਿੱਢਿਆ ਗਿਆ, ਕਿੰਨੀਆਂ ਕੁਰਬਾਨੀਆਂ ਕੀਤੀਆਂ ਗਈਆਂ, ਤੁਹਾਨੂੰ ਲੱਗਦਾ ਕਿ ਉਹ ਜੋ ਕੁਰਬਾਨੀਆਂ ਦੇਸ਼ ਦੇ ਸੂਰਬੀਰਾਂ ਨੇ ਕੀਤੀਆਂ, ਜਾਨਵਾਰੀ ਹੈ ਉਹਨਾਂ ਦੀ ਜੋ ਕੁਰਬਾਨੀ ਹੈ, ਕਿਤੇ ਨਾ ਕਿਤੇ ਰਾਸ ਆਈ ਹੈਗੀ ਹੈ? ਨਹੀਂ, ਪੰਜਾਬ 'ਚ ਕੁਰਬਾਨੀਆਂ ਤਾਂ ਵੀਰੇ ਬਹੁਤ ਜ਼ਿਆਦਾ ਹੋਈਆਂ, ਪਰ ਕਿਸੇ ਵੀ ਕੁਰਬਾਨੀ ਦਾ ਕਦੇ ਵੀ ਕੋਈ ਵੀ ਮੁੱਲ ਭਗਤ ਸਿੰਘ ਜਾਂ ਕਰਤਾਰ ਸਿੰਘ ਸਰਾਭਾ ਕਿਸੇ ਦਾ ਵੀ ਮੁੱਲ ਨਹੀਂ ਪਿਆ। ਅਸਲ ਆਜ਼ਾਦੀ ਤਾਂ ਵੀਰੇ ਉਹੀ ਆ ਵੀ ਜੇ ਆਪਾਂ ਇੱਥੋਂ ਪੜ੍ਹ ਕੇ ਇੱਥੇ ਸਾਰਾ ਕੁਛ ਕਰਕੇ ਇੱਥੇ ਆਪਾਂ ਆਪਣਾ ਰੁਜ਼ਗਾਰ ਕਰ ਸਕੀਏ, ਜਾਂ ਜਿੰਨੀ ਕੁ ਆਪਾਂ ਐਜੂਕੇਸ਼ਨ ਆ ਉਸ ਹਿਸਾਬ ਨਾਲ ਆਪਾਂ ਨੂੰ ਸਹੀ ਮੁੱਲ ਮਿਲ ਸਕੇ, ਜਾਂ ਉਸ ਹਿਸਾਬ ਨਾਲ ਨੌਕਰੀ ਕਰ ਸਕੀਏ। ਇੱਥੇ ਕੋਈ ਵੀ ਵੀਰੇ ਕੁਛ ਵੀ ਸ਼ੁਰੂ ਕਰਨਾ, ਨਿੱਕੇ ਤੋਂ ਨਿੱਕਾ ਕੰਮ ਆ, ਕਿਸੇ ਮੰਤਰੀ ਤੋਂ ਜਾ ਕੇ ਆਪਾਂ ਨੂੰ ਲੈਣੀ ਪੈਂਦੀ ਆ, ਫਿਰ ਆਗਿਆ ਲੈਣੀ ਪੈਂਦੀ ਆ, ਜਾਂ ਕਿਤੇ ਕੀ ਤੋਂ ਸਾਈਨ ਕਰਾ ਲਓ, ਕਿਤੇ ਕੀ ਤੋਂ ਸਾਈਨ ਕਰਾ ਲਓ। ਮਾੜਾ ਬੰਦਾ ਤਾਂ ਵੀਰੇ ਉਹ ਹੀ ਨਹੀਂ ਜਾ ਸਕਦਾ ਇੰਨੇ ਤੱਕ, ਅਤੇ ਬਾਕੀ ਰਹਿੰਦੀ ਖੁੰਦੀ ਗੱਲ ਵੀਰੇ ਤੁਹਾਨੂੰ ਪਤਾ ਨਸ਼ੇ ਅੱਜ ਕੱਲ੍ਹ, ਨਸ਼ਿਆਂ ਤਾਂ ਚਲੋ ਕਰਦੇ ਤਾਂ ਆਪਦੇ ਕੋਈ ਜਾਣ ਕੇ ਤਾਂ ਨਹੀਂ ਕਰਦਾ, ਪਰ ਫਿਰ ਵੀ ਕਿਤੇ ਨਾ ਕਿਤੇ ਇਹ ਬੇਰੁਜ਼ਗਾਰੀ ਇਹਦਾ ਮੇਨ ਹੈਗਾ ਵੀ, ਨਸ਼ਿਆਂ ਦਾ ਕਾਰਨ ਵੀ ਮੇਨ ਬੇਰੁਜ਼ਗਾਰੀ ਆ। ਅਤੇ ਉਹਨਾਂ ਚਿਰ ਅਸੀਂ ਆਪਾਂ ਆਪਣੇ ਆਪ ਨੂੰ ਆਜ਼ਾਦ ਨਹੀਂ ਮੰਨਦੇ ਵੀ ਜਿੰਨਾ ਚਿਰ ਆਪਾਂ ਨੂੰ ਇੱਥੇ ਪੂਰਾ ਆਪਣਾ ਮੁੱਲ ਨਹੀਂ ਪੈਂਦਾ। ਅੱਛਾ, ਦੂਜੀ ਗੱਲ ਇਹ ਹੈਗੀ ਹੈ ਕਿ ਆਜ਼ਾਦੀ ਨੂੰ ਲੈ ਕੇ ਇਹ ਵੀ ਕਿਹਾ ਜਾਂਦਾ ਕਿ ਸਾਨੂੰ ਬੋਲਣ ਦੀ, ਘੁੰਮਣ ਫਿਰਨ ਦੀ, ਆਪਣੀ ਗੱਲ ਰੱਖਣ ਦੀ, ਦੂਜੇ ਦੀ ਗੱਲ ਸੁਣਨ ਦੀ, ਹਰ ਇੱਕ ਪੱਖ ਦੇ ਉੱਤੇ ਉਹ ਆਜ਼ਾਦੀ ਚਾਹੀਦੀ ਹੈ। ਕਿ ਤੁਹਾਨੂੰ ਲੱਗਦਾ ਕਿ ਅੱਜ 73 ਸਾਲ ਬਾਅਦ ਆਜ਼ਾਦੀ ਦਿਹਾੜਾ ਮਨਾ ਚੁੱਕੇ ਹਾਂ, ਅਤੇ ਇਸ ਸਮੇਂ ਬੋਲਣ ਦੀ, ਘੁੰਮਣ ਫਿਰਨ ਦੀ ਹਰ ਇੱਕ ਪੱਖ ਤੋਂ ਆਜ਼ਾਦੀ ਹੈਗੀ ਹੈ ਇੱਕ ਆਮ ਲੋਕ ਨੂੰ ਜਾਂ ਆਮ ਇਨਸਾਨ ਨੂੰ? ਨਹੀਂ, ਘੁੰਮਣ ਫਿਰਨ ਦੀ ਤਾਂ ਵੀਰੇ ਚਲੋ ਕਾਫੀ ਹੱਦ ਤੱਕ ਹੋ ਗਈ ਆ, ਪਰ ਆਪਦੀਆਂ ਮੰਗਾਂ ਮੂਹਰੇ ਰੱਖਣ ਦੀ ਜਾਂ ਆਪਦੇ ਹੱਕ ਮੰਗਣ ਦੀ ਇਹ ਹਜੇ ਤੱਕ ਨਹੀਂ ਵੀਰੇ ਆਈ। ਕਿਤੇ ਨਾ ਕਿਤੇ ਫਿਰ ਵੀ ਧੱਕਾਸ਼ਾਹੀ ਚੱਲਦੀ ਆ, ਸਰਕਾਰ ਦੀ ਲਾ ਲਓ ਜਾਂ ਕਾਸੇ ਦੀ ਵੀ ਲਾ ਲਓ, ਆਪਾਂ ਨੂੰ ਪੂਰਨ ਤੌਰ 'ਤੇ ਆਪਣੀਆਂ ਮੰਗਾਂ ਨਹੀਂ ਮੰਗ ਸਕਦੇ, ਕਿਤੇ ਨਾ ਕਿਤੇ ਉਹਨੂੰ ਧੱਕੇ ਨਾਲ ਲਾ ਲਓ ਜਾਂ ਕਿਸੇ ਵੀ ਤਰੀਕੇ ਨਾਲ ਉਹਨੂੰ ਦਬਾ ਦਿੱਤਾ ਜਾਂਦਾ। ਹਾਂ, ਪੂਰਨ ਤੌਰ 'ਤੇ ਇਸ ਟੋਪਿਕ 'ਤੇ ਵੀ ਆਪਾਂ ਆਜ਼ਾਦ ਨਹੀਂ ਹੈਗੇ। ਸੋ ਅੱਜ ਪੰਜਾਬ ਬੋਲਦਾ ਦੇ ਜ਼ਰੀਏ ਅਸੀਂ ਵੱਖੋ ਵੱਖ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ। ਲੋਕਾਂ ਨੇ ਆਜ਼ਾਦੀ ਦਿਹਾੜੇ ਨੂੰ ਲੈ ਕੇ ਦੇਸ਼ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਉਸ ਦੇ ਉੱਤੇ ਗੱਲਬਾਤ ਕੀਤੀ ਹੈ। ਬਹੁਤ ਸਾਰੀਆਂ ਸਮੱਸਿਆਵਾਂ ਸਾਹਮਣੇ ਆਈਆਂ ਨੇ, ਬਹੁਤ ਸਾਰੇ ਲੋਕਾਂ ਦੇ ਵੱਲੋਂ ਸਵਾਲ ਵੀ ਕੀਤੇ ਗਏ ਨੇ, ਅਤੇ ਮੁਸ਼ਕਲਾਂ ਦੇ ਵਿੱਚ ਲਗਾਤਾਰ ਦੇਸ਼ ਦੇ ਲੋਕ ਘਿਰੇ ਹੋਏ ਨੇ। ਆਜ਼ਾਦੀ ਦਿਹਾੜੇ ਦਾ ਮਤਲਬ ਲੱਭ ਰਹੇ ਨੇ, ਆਜ਼ਾਦ ਹੋਣ ਦੇ ਮਤਲਬ ਲੱਭ ਰਹੇ ਨੇ। ਇਹਨਾਂ ਮਾਇਨਿਆਂ ਦੇ ਵਿੱਚੋਂ ਲੋਕਾਂ ਦੇ ਲਈ ਕੀ ਕੁਝ ਸਾਹਮਣੇ ਆਇਆ, ਇੱਕ ਵੱਡਾ ਸਵਾਲ ਬਣਿਆ ਹੋਇਆ। ਹਾਲਾਂਕਿ ਦਾਅਵੇ ਤਾਂ ਵੱਡੇ ਵੱਡੇ ਕੀਤੇ ਜਾਂਦੇ ਨੇ, ਵੱਡੀਆਂ ਵੱਡੀਆਂ ਸੜਕਾਂ, ਵੱਡੇ ਵੱਡੇ ਦਾਅਵੇ, ਵੱਡੇ ਵੱਡੇ ਹਾਲਾਤ ਬਣਾ ਕੇ ਰਾਜਨੀਤਿਕ ਆਗੂ ਪੇਸ਼ ਤਾਂ ਕਰ ਦਿੰਦੇ ਨੇ, ਪਰ ਹਾਲਾਤ ਉਵੇਂ ਦੇ ਹੀ ਬਣੇ ਹੋਏ ਨੇ। ਸਟੇਜਾਂ ਦੇ ਉੱਤੇ ਖੜ੍ਹ ਕੇ ਵੱਡੇ ਵੱਡੇ ਸਮਾਗਮ ਕੀਤੇ ਜਾਂਦੇ ਨੇ, ਸਮਾਗਮਾਂ ਦੇ ਵਿੱਚ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ। ਆਜ਼ਾਦ ਹੋਣ ਦੇ ਮਾਇਨੇ ਸਿਰਫ ਭਾਸ਼ਣਾਂ ਦੇ ਵਿੱਚ ਦੇਖਣ ਨੂੰ ਮਿਲਦੇ ਨੇ, ਪਰ ਅਸਲ ਦੇ ਵਿੱਚ ਆਮ ਲੋਕਾਂ ਤੱਕ ਕੀ ਕੁਝ ਗਿਆ ਹੈ, ਇੱਕ ਵੱਡਾ ਸਵਾਲ ਹੈਗਾ। ਸੋ ਅੱਜ ਦੇ ਪੰਜਾਬ ਬੋਲਦੇ ਦੇ ਵਿੱਚ ਬਸ ਇੰਨਾ ਹੀ। ਇਸ ਦੇ ਨਾਲ ਹੀ ਮੈਨੂੰ ਅਮਨਦੀਪ ਸਿੰਘ ਨੂੰ ਦਿਓ ਜੀ ਆਗਿਆ। ਧੰਨਵਾਦ।